ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਦੇ ਖਾਤੇ ਵਿੱਚੋਂ 23 ਲੱਖ ਰੁਪਏ ਦਾ ਚੂਨਾ ਲਾਉਣ ਵਾਲੇ 3 ਠੱਗਾਂ ਦਾ ਮਾਣਯੋਗ ਅਦਾਲਤ ਵੱਲੋਂ 8 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ। ਐਸਐਸਪੀ ਪਟਿਆਲਾ ਦਾ ਕਹਿਣਾ ਸੀ ਕਿ ਪੁਲਿਸ ਸਾਈਬਰ ਕ੍ਰਾਈਮ ਨਾਲ ਸੰਬੰਧਿਤ ਇਸ ਠੱਗੀ ਦਾ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਦੇ ਖਾਤੇ ਵਿੱਚੋਂ 23 ਲੱਖ ਰੁਪਏ ਦਾ ਚੂਨਾ ਲਾਉਣ ਵਾਲੇ ਪੁਲਿਸ ਵੱਲੋਂ ਕਾਬੂ ਕੀਤੇ 3 ਠੱਗਾਂ ਦਾ ਮਾਣਯੋਗ ਅਦਾਲਤ ਪਟਿਆਲਾ ਵੱਲੋਂ 8 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ। ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਤਾਜ਼ਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਬਰ ਕ੍ਰਾਈਮ ਇਹ ਠੱਗ ਬੈਂਕ ਖਾਤੇ ਹੈਕ ਕਰਕੇ ਉਸ ਵਿੱਚੋਂ ਰਕਮ ਕਢਵਾਉਂਦੇ ਆ ਰਹੇ ਸਨ। ਉਹਨਾਂ ਕਿਹਾ ਕਿ ਠੱਗਾਂ ਪਾਸੋਂ ਠੱਗੀ ਮਾਰਨ ਲਈ ਵਰਤੇ ਜਾਂਦੇ 19 ਮੋਬਾਈਲ ਫੋਨ ਅਤੇ 700 ਦੇ ਕਰੀਬ ਸਿਮ ਬਰਾਮਦ ਕੀਤੇ ਗਏ। ਮੈਡਮ ਪ੍ਰਨੀਤ ਕੌਰ ਆ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਇੱਕ ਜਿਹੜੇ 23 ਲੱਖ ਰੁਪਏ ਦੀ ਹੈ ਜਿਹੜੀ ਉਹ ਜਿਹੜੀ ਠੱਗੀ ਹੋ ਗਈ ਹੈ ਉਹਦੇ ਵਿੱਚ ਅਸੀਂ ਮੁਕੱਦਮਾ ਸਿਵਲ ਲਾਈਨ ਦਰਜ ਕਰਕੇ ਇੱਕ ਤਫਤੀਸ਼ ਕੀਤੀ। ਤਫਤੀਸ਼ ਕਰਕੇ ਸਭ ਤੋਂ ਪਹਿਲਾਂ ਉਹ ਆਇਆ ਵੀ ਇਹਦੇ 'ਚੋਂ SBI ਬੈਂਕ ਨਾਲ ਤਾਲਮੇਲ ਕੀਤਾ। SBI ਬੈਂਕ ਨਾਲ ਤਾਲਮੇਲ ਕਰਨ ਤੋਂ ਬਾਅਦ ਫਿਰ ਅਸੀਂ ਉਹਦੇ 'ਚ ਪਤਾ ਲੱਗਿਆ ਸਪਾਈਸ ਇੰਡੀਆ ਗੜਗਾਓਂ ਆ ਉਹਦੇ ਤੋਂ ਅੱਗੇ ਪਤਾ ਲੱਗਿਆ ਉਹ ਪੈਸੇ ਉਹਦੇ ਟ੍ਰਾਂਸਫਰ ਹੋਏ ਆ। ਉਹ 23 ਅਕਾਊਂਟ ਉਹ ਸੀ। ਉਸ ਤੋਂ ਬਾਅਦ 28 ਅਕਾਊਂਟ ਆ ਜਿਹੜੇ ਪੇਟੀਐਮ ਜਿਹੜੇ ਉਹਦੇ 'ਚ ਪੈਸੇ ਟ੍ਰਾਂਸਫਰ ਹੋਏ ਸੀ। ਉਹ ਸਾਰਿਆਂ ਦਾ ਟ੍ਰਾਇਲ ਕਰਦਿਆਂ ਅਸੀਂ 3 ਮੁਲਜ਼ਮ ਹੈ ਜਿਹੜਾ ਇੱਕ ਅਤੁਲ ਅੰਸਾਰੀ ਹੈ ਜਿਹੜਾ ਉਹਦੇ ਤੋਂ ਝਾਰਖੰਡ ਤੋਂ ਜਿਹੜਾ 2 ਤਰੀਕ ਨੂੰ ਝਾਰਖੰਡ ਪੁਲਿਸ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਉਹਨਾਂ ਨੇ 3 ਤਰੀਕ ਨੂੰ ਅਰੈਸਟ ਕਰ ਲਿਆ ਉਹਨੂੰ ਅੱਜ ਲਿਆਂਦਾ ਅਤੇ 2 ਨੂਰ ਅਲੀ ਅਤੇ ਅਫਸਰ ਅਲੀ ਹੈ ਜਿਹੜੇ ਗੋਬਿੰਦਗੜ੍ਹ ਤੋਂ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ। ਇਹਨਾਂ ਕੋਲੋਂ 693 ਜਿਹੜੇ ਮੋਬਾਈਲ ਸਿਮ ਹੈ ਜਿਹੜੇ ਉਹ ਮਿਲੇ ਹੈ। ਇਸ ਤੋਂ ਇਲਾਵਾ 19 ਜਿਹੜੇ ਮੋਬਾਈਲ ਫੋਨ ਮਿਲੇ ਹੈ। ਪਟਿਆਲਾ ਤੋਂ ਚਰਨਜੀਤ ਸਿੰਘ ਕੋਹਲੀ ਦੀ ਰਿਪੋਰਟ।